ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧੁੱਗਾ ਹਲਕਾ ਸ਼ਾਮ ਚਰਾਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤੀ ਸਮਾਗਮ ਸੰਤ ਬਾਬਾ ਸ਼ਤਰੰਜਨ ਸਿੰਘ ਜੀ ਦੀ ਰੇਖ ਦੇਖ ਹੇਠ ਕਰਵਾਇਆ ਗਿਆ। ਇਸ ਮੌਕੇ 'ਤੇ ਕੀਰਤਨ ਜਥਿਆਂ ਨੇ ਹਾਜ਼ਰ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼। ਜੰਗਲ ਵਿੱਚ ਜਾਂਦੇ ਨੇ, ਲੱਕੜਾਂ ਕੱਟ ਕੇ ਲੰਗਰ ਵਾਸਤੇ ਲੈ ਕੇ ਆਉਂਦੇ ਨੇ ਭਾਈ ਮੰਝ। ਰੋਜ਼ ਦੀ ਤਰ੍ਹਾਂ ਅੱਜ ਵੀ ਲੱਕੜਾਂ ਲੈਣ ਗਏ, ਲੱਕੜਾਂ ਕੱਟ ਕੇ ਸਿਰ ਤੇ ਰੱਖ ਲਈਆਂ ਗੱਠੜ ਬਣਾ ਕੇ, ਤੇ ਜਿਸ ਵੇਲੇ ਭਾਈ ਮੰਝ ਲੱਕੜਾਂ ਲੈ ਕੇ ਤੁਰੇ ਤੇ ਹਨੇਰੀ ਸ਼ੁਰੂ ਹੋ ਗਈ। ਇਤਨੀ ਤੇਜ਼ ਹਨੇਰੀ ਔਰ ਮਿੱਟੀ ਵਾਲੀ ਤੇ ਨਜ਼ਰ ਵੀ ਕੁਝ ਨਹੀਂ ਆ ਰਿਹਾ, ਤੇ ਹਵਾ ਆਪਣੇ ਜ਼ੋਰ ਨਾਲ ਭਾਈ ਮੰਝ ਨੂੰ ਇੱਕ ਪਾਸੇ ਖਿੱਚ ਕੇ ਲੈ ਗਈ। ਅੱਗੇ ਇੱਕ ਪੁਰਾਣਾ ਖੂਹ ਸੀ, ਪਾਣੀ ਘੱਟ ਸੀ, ਖੂਹ ਨਜ਼ਰ ਨਾ ਆਇਆ ਤੇ ਭਾਈ ਮੰਝ ਖੂਹ ਵਿੱਚ ਡਿੱਗ ਪਏ। ਪਰ ਧੰਨ ਸਿੱਖੀ ਸਿਰ ਤੋਂ ਲੱਕੜਾਂ ਨਾ ਡਿੱਗਣ ਦਿੱਤੀਆਂ ਤੇ ਖੂਹ ਵਿੱਚ ਖਲੋਤੇ ਭਾਈ ਮੰਝ ਜਪਣ ਲੱਗ ਪਏ ਸਤਨਾਮ ਸ੍ਰੀ।